ਓ ਬਰ ਹਨ ਮਹਾਰਾਜ ਜੰਨਤ ਮਹਾਰਾਜ ਮਹਾਰਾਜ ਏਵਨ ਪੰਜਾਬੀ ਨਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਹਮ ਸਹੋਤਾ ਤਲਾਕੇ ਹਾਜ਼ਰ ਹੈ ਖਰੀਆਂ ਖਰੀਆਂ ਦੋਸਤੋ ਖਰੀਆਂ ਖਰੀਆਂ ਦੇ ਵਿੱਚ ਗੱਲ ਕਰਦੇ ਆ ਆਸਥਾ ਦੀ ਆਸਥਾ ਜਦੋਂ ਇਨਸਾਨ ਮਤਲਬ ਆਸਥਾ ਜਿਹੜੀ ਹੈ ਇਨਸਾਨ ਦੇ ਉੱਪਰ ਹਾਵੀ ਹੋ ਜਾਂਦੀ ਹੈ ਤਾਂ ਉਸ ਵੇਲੇ ਉਸ ਨੂੰ ਕੁਝ ਵੀ ਚੰਗਾ ਹੋਰ ਨਹੀਂ ਲੱਗਦਾ ਔਰ ਅੱਛੀ ਗੱਲ ਹੈ ਉਸ ਨੂੰ ਸਿਰਫ ਆਪਣਾ ਹੀ ਨਜ਼ਰ ਆਉਣਾ ਚਾਹੀਦਾ ਹੈ ਉਸ ਨੂੰ ਜਿਸ ਨੂੰ ਵੀ ਉਹ ਮੰਨਦਾ ਹੈ ਉਹ ਹੀ ਨਜ਼ਰ ਆਉਣਾ ਚਾਹੀਦਾ ਹੈ ਇਹਦੇ ਵਿੱਚ ਆਪਾਂ ਲੋਕ ਵੀ ਵਿਸ਼ਵਾਸ ਕਰਦੇ ਹਾਂ ਕਿਉਂਕਿ ਚੰਗੀ ਮੱਤ ਇਨਸਾਨ ਨੂੰ ਜਿੱਥੋਂ ਮਿਲਦੀ ਹੈ ਉਹ ਉਸ ਲਈ ਰੱਬ ਹਮੇਸ਼ਾ ਮੰਨਿਆ ਜਾਂਦਾ ਹੈ ਪਰ ਆਸਥਾ ਦੇ ਨਾਮ ਤੇ ਆਪਾਂ ਕੁਝ ਲੋਕ ਅਜੀਹਾ ਕਰਨ ਲਈ ਮਜਬੂਰ ਹੋ ਜਾਂਦੇ ਆ ਜੋ ਦੂਜਿਆਂ ਵਾਸਤੇ ਹਾਸੇ ਦਾ ਪਾਤਰ ਬਣਦਾ ਹੈ ਆਸਾ ਲਈ ਅਸੀਂ ਸ਼ਬਦ ਜਿਹੜੇ ਹੈ ਮੈਂ ਫਿਰ ਕਹਿ ਰਿਹਾ ਕਿ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਇਸ ਪ੍ਰੋਗਰਾਮ ਦੇ ذریعے ਸਾਡਾ ਕੋਈ ਉਹ ਮਕਸਦ ਨਹੀਂ ਹੈ ਲੇਕਿਨ ਸੋਸ਼ਲ ਮੀਡੀਆ ਨਾਲ ਜੁੜੇ ਹੋੜ ਕਰਕੇ ਅਸੀਂ ਕੁਛ ਇੱਕ ਵੀਡੀਓ ਜੋ ਸਾਡੇ ਖਾਸ ਮਤਲਬ ਆਉਂਦੀਆਂ ਨੇ ਉਹਨਾਂ ਨੂੰ ਜ਼ਰੂਰ ਲੋਕਾਂ ਦੇ ਰੂਬਰੂ ਕਰੀਦਾ ਉਹਨਾਂ ਨੂੰ ਜ਼ਰੂਰ ਅਸੀਂ ਲੋਕਾਂ ਨੂੰ ਦਿਖਾਉਂਦੇ ਆ ਤਾਂ ਕਿ ਤੁਸੀਂ ਲੋਕ ਅਸੀਂ ਲੋਕ ਸੁਚੇਤ ਹੋ ਜਾਈਏ ਕਿ ਆਸਥਾ ਦੀ ਕੋਈ ਸੀਮਾ ਵੀ ਹੁੰਦੀ ਹੈ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਇੱਕ ਸ਼ਖਸ ਵੱਲੋਂ ਗੋਬਰ ਦੀ ਪੂਜਾ ਕੀਤੀ ਜਾਂਦੀ ਹੈ ਗੋਬਰ ਦੀ ਮੂਰਤੀ ਬਣਾਈ ਜਾਂਦੀ ਹੈ ਔਰ ਉਸ ਦੇ ਵਿੱਚ ਉਹ ਇੰਨਾ ਕੁ ਮਸਤ ਹੋਇਆ ਨਾ ਉਸ ਨੂੰ ਇਹ ਪਤਾ ਕਿ ਮੇਰੇ ਮੂੰਹ 'ਚ ਪੈ ਰਿਹਾ ਨਾ ਉਸ ਨੂੰ ਇਹ ਪਤਾ ਕਿ ਗੋਬਰ ਖਿਲ ਰਿਹਾ ਮਤਲਬ ਜਿਸ ਮੂਰਤੀ ਨੂੰ ਆਪਾਂ ইস্ট ਬਣਾ ਕੇ ਉਸ ਦੀ ਪੂਜਾ ਕਰਦੇ ਹਾਂ ਉਸੇ ਨੂੰ ਹੀ ਆਪਣੇ ਪੈਰਾਂ ਦੇ ਨਾਲ ਲੜਤਾਰ ਦਿੰਦੇ ਆ ਹੋ ਸਕਦਾ ਕਿਸੇ ਸਟੇਟ ਦੀ ਹੈ ਕੋਈ ਮਿਥ ਹੋਵੇ ਪਹਿਲਾ ਮੈਂ ਦਿਖਾਉਣਾ ਚਾਹੁੰਦਾ ਪੂਰੀ ਦੀ ਪੂਰੀ ਉਹ ਵਾਇਰਲ ਵੀਡੀਓ ਸ੍ਰੀ ਗੋਵਰਨਨਾ ਮਹਾ ਹੁਣ ਤੁਸੀਂ ਦੱਸੋ ਕਿ ਇਸ ਆਸਥਾ ਵਿੱਚ ਅੰਨੇ ਹੋਏ ਵਿਅਕਤੀ ਲਈ ਆਪਾਂ ਕੀ ਸ਼ਬਦ ਲਿਖ ਸਕਦੇ ਆ ਗੋਬਰ ਦੀ ਪੂਰੀ ਮਤਲਬ ਮੂਰਤੀ ਬਣਾਈ ਹੋਈ ਹੈ ਔਰ ਉਸ ਦੇ ਉੱਪਰ ਪਹਿਲਾਂ ਮੱਥਾ ਟੇਕਿਆ ਮੂੰਹ ਪਾਇਆ ਗੋਬਰ ਦੇ ਵਿੱਚ ਗੋਬਰ ਦੇ ਵਿੱਚ ਮੂੰਹ ਪਾਉਣ ਤੋਂ ਬਾਅਦ ਉਸ ਦੇ ਉੱਪਰ ਲੇਟਣਾ ਸ਼ੁਰੂ ਕਰ ਦਿੱਤਾ ਹੈ ਮੈਂ ਮਤਲਬ ਇਸ ਵੀਡੀਓ ਨੂੰ ਜਦੋਂ ਵੇਖਿਆ ਸੀ ਤੇ ਮਤਲਬ ਅੱਜ ਦੀ ਦੁਨੀਆ ਦਾ ਤੇ ਮਤਲਬ ਪੁਰਾਣੀ ਦੁਨੀਆ ਦਾ ਸੀ ਕੰਪੈਰੀਜ਼ਨ ਕਰਦੇ ਆ ਕਿ ਉਹ ਲੋਕਾਂ ਨੂੰ ਆਪਾਂ ਕਹਿੰਦੇ ਸੀ ਵੀ ਚਲੋ ਉਹਨਾਂ ਕੋਲ ਐਜੂਕੇਸ਼ਨ ਨਹੀਂ ਹੈ ਕਿ ਅੱਜ ਦੇ ਲੋਕਾਂ ਕੋਲ ਐਜੂਕੇਸ਼ਨ ਨਹੀਂ ਹੈ ਅੱਜ ਦੇ ਲੋਕਾਂ ਕੋਲ ਬੇਸ਼ਮਾਰ ਐਜੂਕੇਸ਼ਨ ਹੈ ਲੇਕਿਨ ਕਿਤੇ ਨਾ ਕਿਤੇ ਇਹ ਲੋਕ ਆਸਤਾ ਵਿੱਚ ਫਸ ਕੇ ਇਸ ਤਰ੍ਹਾਂ ਦੇ ਕਾਰੇ ਕਰਦੇ ਨੇ